ਕੌਣ ਸੀ ਬੀਬੀ ਖਾਲੜਾ ਜਿਨ੍ਹਾਂ ਦਾ ਜ਼ਿਕਰ ਸਿੱਧੂ ਮੂਸੇ ਵਾਲੇ ਨੇ ਆਪਣੇ ਗੀਤ ਵਿੱਚ ਕੀਤਾ ਲੋਕਾਂ ਬਹੁਤ ਸੱਚਿਆਂ ਦੀ ਗੋਦ ਨਹੀਂ ਲਵਾਈ ਇਨਾਂ ਦੋਗਲਿਆਂ ਬੀਬੀ ਖਾਲੜਾ ਹਰਾਈ ਸਿੱਖ ਕਤਲੇਆਮ ਦਾ ਅਜਿਹਾ ਕਿਹੜਾ ਸੱਚ ਸੀ ਜਿਸ ਨੂੰ ਸਾਹਮਣੇ ਲਿਆਉਣ ਲਈ ਬੀਬੀ ਖਾਲੜਾ ਨੇ ਕੇਪੀਐਸ ਗਿੱਲ ਵਰਗਿਆਂ ਨਾਲ ਸਿੱਧੀ ਟੱਕਰ ਲਈ ਫਿਰ ਜਦੋਂ ਉਹਨਾਂ ਨੇ ਇਹ ਸਾਰਾ ਰਿਕਾਰਡ ਕੱਢ ਲਿਆ ਤੇ ਫਿਰ ਉਹਨਾਂ ਨੇ ਆ ਕੇ ਕੇਪੀਐਸ ਗਿੱਲ ਨੂੰ ਚੈਲੰਜ ਕਰਤਾ ਅਤੇ ਕਿਵੇਂ ਸਿੱਧੂ ਵਾਂਗ ਹੀ ਬੀਬੀ ਖਾਲੜਾ ਦੀ ਝੋਲੀ ਵੀ ਉਹਨਾਂ ਲੋਕਾਂ ਹਾਰ ਪਾਈ ਜਿਨ੍ਹਾਂ ਖਾਤਰ ਬੀਬੀ ਖਾਲੜਾ ਨੇ 16 ਸਾਲ ਕੋਰਟ ਕਚਹਿਰੀਆਂ ਦੇ ਧੱਕੇ ਖਾਧੇ ਅਤੇ ਆਪਣੇ ਪਤੀ ਦੀ ਜਾਨ ਤੱਕ ਗਵਾਈ ਬੀਬੀ ਖਾਲੜਾ ਉਸ ਪਰਮਜੀਤ ਕੌਰ 1995 ਤੋਂ ਪੰਜਾਬ ਵਿੱਚ ਇੱਕ ਖਾਲੜਾ ਮਿਸ਼ਨ ਨਾਮ ਦੀ ਆਰਗੇਨਾਈਜੇਸ਼ਨ ਚਲਾ ਰਹੇ ਹਨ ਜਿਸ ਵਿੱਚ ਉਹ ਕਈ ਸਾਲਾਂ ਤੋਂ 84 ਸਿੱਖ ਕਤਲੇਆਮ ਦੇ ਇਨਸਾਫ ਦੀ ਗੱਲ ਕਰ ਰਹੇ ਹਨ ਪਰ ਬੀਬੀ ਖਾਲੜਾ ਵੱਲੋਂ ਇਹ ਆਰਗੇਨਾਈਜੇਸ਼ਨ ਸ਼ੁਰੂ ਕਰਨ ਦੀ ਵਜ੍ਹਾ ਕੀ ਸੀ ਇਸ ਸਭ ਦੀ ਸ਼ੁਰੂਆਤ ਹੁੰਦੀ ਹੈ ਬੀਬੀ ਖਾਲੜਾ ਦੇ ਪਤੀ ਭਾਈ ਜਸਵੰਤ ਸਿੰਘ ਖਾਲੜਾ ਤੋਂ ਜਦੋਂ ਉਹ ਸਿੱਖ ਕਤਲੇਆਮ ਤੇ ਇੱਕ ਅਜਿਹੀ ਰਿਪੋਰਟ ਤਿਆਰ ਕਰਦੇ ਹਨ ਜਿਸ ਨਾਲ ਕੇਪੀਐਸ ਗਿੱਲ ਅਤੇ ਬੇਅੰਤ ਸਿੰਘ ਵਰਗਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਭਾਈ ਜਸਵੰਤ ਸਿੰਘ ਖਾਲੜਾ ਦਾ ਜਨਮ 2 ਨਵੰਬਰ 1952 ਨੂੰ ਪਿੰਡ ਖਾਲੜਾ ਜ਼ਿਲ੍ਹਾ ਤਰਨ ਤਾਰਨ ਵਿਖੇ ਹੋਇਆ ਆਪਣੀ ਸੁਰਤ ਸੰਭਾਲਦਿਆਂ ਹੀ ਭਾਈ ਖਾਲੜਾ ਨੇ ਬੇਕਸੂਰ ਲੋਕਾਂ ਤੇ ਹੁੰਦੇ ਅਤਿਆਚਾਰ ਖਿਲਾਫ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਅਤੇ ਇਹ ਜਜ਼ਬਾ ਉਹਨਾਂ ਦੇ ਖੂਨ ਵਿੱਚ ਹੀ ਸੀ ਕਿਉਂਕਿ ਜਸਵੰਤ ਸਿੰਘ ਖਾਲੜਾ ਦੇ ਦਾਦਾ ਹਰਨਾਮ ਸਿੰਘ ਗਦਰ ਪਾਰਟੀ ਦੇ ਇੱਕ ਸਰਗਰਮ ਆਗੂ ਰਹੇ ਸਨ ਅਤੇ ਕਾਮਾਗਾਟਾ ਮਾਰੂ ਦੇ ਹਾਦਸੇ ਦੌਰਾਨ ਉਹਨਾਂ ਨੇ ਕਈ ਵਰਿਆਂ ਦੀ ਜੇਲ੍ਹ ਵੀ ਕੱਟੀ ਕਾਲਜ ਦੀ ਪੜ੍ਹਾਈ ਦੌਰਾਨ ਵੀ ਭਾਈ ਖਾਲੜਾ ਪਬਲਿਕ ਅਫੇਅਰਸ ਵਿੱਚ ਪੂਰੇ ਐਕਟਿਵ ਸਨ ਤੇ 1972 ਵਿੱਚ ਸਿਨੇਮਾ ਘਰਾਂ ਨੇ ਜਦੋਂ ਟਿਕਟਾਂ ਦੇ ਪ੍ਰਾਈਜ਼ ਵਧਾਏ ਤਾਂ ਕਾਲਜ ਦੇ ਵਿਦਿਆਰਥੀਆਂ ਵਿੱਚ ਇੱਕ ਰੋਸ ਸੀ ਕਿਉਂਕਿ ਉਸ ਵਕਤ ਮਨੋਰੰਜਨ ਦਾ ਮੁੱਖ ਸਾਧਨ ਸਿਨੇਮਾ ਘਰ ਹੀ ਹੁੰਦੇ ਸਨ ਜਿਨ੍ਹਾਂ ਖਿਲਾਫ ਫਿਰ ਧਰਨੇ ਲਾਏ ਗਏ ਅਤੇ ਇਹਨਾਂ ਧਰਨਿਆਂ ਨੂੰ ਵੱਡੇ ਲੈਵਲ ਜਾਣੀ ਸਟੇਟ ਲੈਵਲ ਤੱਕ ਲਿਜਾਉਣ ਦਾ ਕੰਮ ਭਾਈ ਖਾਲੜਾ ਨੇ ਬਖੂਬੀ ਕੀਤਾ ਜਿਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਨਾਮ ਦੇ ਲੋਕਾਂ ਵਿੱਚ ਚਰਚੇ ਹੋਣ ਲੱਗੇ ਅਤੇ ਬਹੁਤ ਸਾਰੇ ਲੋਕ ਭਾਈ ਖਾਲੜਾ ਤੋਂ ਆਪਣੀਆਂ ਪ੍ਰੋਬਲਮਸ ਲੈ ਕੇ ਆਉਂਦੇ ਪੜ੍ਹਾਈ ਪੂਰੀ ਕਰਨ ਮਗਰੋਂ ਭਾਈ ਖਾਲੜਾ ਇੱਕ ਕਾਰਪੋਰੇਟ ਬੈਂਕ ਵਿੱਚ ਡਾਇਰੈਕਟਰ ਦੀ ਨੌਕਰੀ ਕਰਨ ਲੱਗੇ ਨਾਲ ਨਾਲ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਵੀ ਬੁਲੰਦ ਕਰਦੇ ਹੌਲੀ ਹੌਲੀ ਸਮਾਂ 1984 ਵੱਲ ਵੱਧਦਾ ਗਿਆ ਅਕਾਲੀ ਅਤੇ ਕਾਂਗਰਸੀ ਆਗੂਆਂ ਦੇ ਉਸ ਸਮੇਂ ਦੇ ਵਤੀਰੇ ਨਾਲ ਭਾਈ ਖਾਲੜਾ ਸਹਿਮਤ ਨਹੀਂ ਸਨ ਕਿਉਂਕਿ ਜ਼ਿਆਦਾਤਰ ਆਗੂ ਆਪਣੇ ਫਾਇਦੇ ਲਈ ਧਰਮ ਦੇ ਨਾਂ ਤੇ ਸਿਆਸਤ ਕਰਦੇ ਉਸ ਵੱਖਵਾਦ ਦੇ ਦੌਰ ਵਿੱਚ ਲੋਕਾਂ ਦਾ ਜ਼ਰੀਆ ਬਣਨ ਲਈ ਭਾਈ ਖਾਲੜਾ ਨੇ ਇੱਕ ਯੂਨੀਅਨ ਬਣਾਈ ਜਿਸ ਵਿੱਚ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਨੌਕਰੀ ਕੀਤੀ ਫਿਰ 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ 5 ਅਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਸਿੱਖੀ ਦੇ ਪ੍ਰਤੀਕ ਸਰਵੋੱਚ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਟੇਰੀ ਕਰ ਦਿੱਤਾ ਗਿਆ ਇੰਨਾ ਕਾਫੀ ਨਹੀਂ ਸੀ ਕਿ ਪੰਜਾਬ ਵਿੱਚ ਇੱਕ ਹੋਰ ਆਪਰੇਸ਼ਨ ਬਲੈਕ ਥੰਡਰ ਚਲਾਇਆ ਗਿਆ ਇਸ ਤੋਂ ਬਾਅਦ ਉਹ ਖੂਨੀ ਦੌਰ ਸ਼ੁਰੂ ਹੋਇਆ ਜਿਸ ਦੌਰਾਨ ਅੱਤਵਾਦ ਅਤੇ ਵੱਖਵਾਦ ਦੀ ਲਹਿਰ ਨੇ ਇੰਨੀਆਂ ਜਾਨਾਂ ਨਹੀਂ ਲਈਆਂ ਜਿੰਨੀਆਂ ਆਪਣੀ ਵਾਹਵਾਈ ਅਤੇ ਲੀਡਰਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਪੁਲਿਸ ਵੱਲੋਂ ਕੀਤੇ ਝੂਠੇ ਮੁਕਾਬਲਿਆਂ ਨੇ ਲਈਆਂ ਰਾਹ ਜਾਂਦੇ ਨੌਜਵਾਨਾਂ ਨੂੰ ਖਾੜਕੂ ਕਹਿ ਫੇਕ ਐਨਕਾਊਂਟਰ ਕਰਨਾ ਗਲਾਂ 'ਚ ਟਾਇਰ ਪਾ ਸਾੜਨਾ ਸਿੱਖ ਪਰਿਵਾਰ ਦੀ ਕੁੜੀਆਂ ਦੀ ਇੱਜ਼ਤ ਲੁੱਟਣਾ ਅਤੇ ਸਿੱਖਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਹਿ ਸਾੜਨਾ ਉਸ ਸਮੇਂ ਇੱਕ ਆਮ ਗੱਲ ਸੀ ਵੀ ਘਰ ਘਰ ਦੇ ਵਿੱਚੋਂ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਸੀ ਸਕੂਲਾਂ ਕਾਲਜਾਂ 'ਚ ਪੜ੍ਹਨ ਜਾਂਦੇ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਸੀ ਜੇਲ੍ਹਾਂ ਵਿੱਚੋਂ ਕੱਢ ਕੇ ਬੱਚਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਅਤੇ ਇਹ ਇੱਕ ਐਸ ਅਹਿਮ ਮਸਲਾ ਕਿ ਜਿਹੜੇ ਪੰਚਾਇਤਾਂ ਨੇ ਵੀ ਬੱਚੇ ਪੇਸ਼ ਕਰਾਏ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਤਾ ਇਸ ਦਾ ਵੱਡਾ ਕਾਰਨ ਸੀ 1985 ਵਿੱਚ ਪਾਸ ਕੀਤਾ ਗਿਆ ਟਾਡਾ ਨਾਮ ਦਾ ਕਾਨੂੰਨ ਜਿਸ ਨੇ ਪੁਲਿਸ ਹੱਥ ਕੁਝ ਵੀ ਕਰਨ ਦੀ ਪਾਵਰ ਦੇ ਦਿੱਤੀ ਉਹ ਖੂਨੀ ਦੌਰ ਵਿੱਚ ਸਿੱਖ ਕਤਲੇਆਮ ਦੇ ਕੇਸ ਦਿਨੋ ਦਿਨ ਵਧਣ ਲੱਗੇ ਇਸੇ ਦੌਰਾਨ ਭਾਈ ਖਾਲੜਾ ਨਾਲ ਬੈਂਕ ਵਿੱਚ ਕੰਮ ਕਰਨ ਵਾਲੇ ਦੋ ਸਿੱਖ ਕੁਲੀਗ ਲਾਪਤਾ ਹੋ ਗਏ ਜਿਸ ਵਿੱਚੋਂ ਇੱਕ ਸਰਦਾਰ ਪਿਆਰਾ ਸਿੰਘ ਜਿਨ੍ਹਾਂ ਦੀ ਉਮਰ 65 ਸਾਲ ਸੀ ਪੁਲਿਸ ਨੇ ਯੂਪੀ ਤੋਂ ਤਰਨ ਤਰਨ ਲਿਆ ਝੂਠਾ ਮੁਕਾਬਲਾ ਬਣਾ ਉਹਨਾਂ ਦਾ ਫੇਕ ਇਨਕਾਊਂਟਰ ਕਰ ਦਿੱਤਾ ਜਿਸ ਤੋਂ ਬਾਅਦ ਭਾਈ ਖਾਲੜਾ ਨੂੰ ਆਪਣੇ ਸੂਤਰਾਂ ਤੋਂ ਪਤਾ ਚੱਲਿਆ ਕਿ ਪਿਆਰਾ ਸਿੰਘ ਦੀ ਲਾਸ਼ ਦੁਰਗਿਆਨਾ ਮੰਦਿਰ ਦੇ ਸ਼ਮਸ਼ਾਨ ਘਾਟ ਲਵਾਰਿਸ ਕਹਿ ਛਾੜ ਦਿੱਤੀ ਗਈ ਅਤੇ ਪਤਾ ਕਰਨ ਜਦੋਂ ਦੁਰਗਿਆਨਾ ਮੰਦਿਰ ਗਏ ਤਾਂ ਉੱਥੋਂ ਦੇ ਕਰਮਚਾਰੀਆਂ ਨੇ ਕੁਝ ਅਜਿਹੀਆਂ ਗੱਲਾਂ ਦੱਸੀਆਂ ਕਿ ਭਾਈ ਖਾਲੜਾ ਦੇ ਪੈਰਾਂ ਤਲਿਓ ਜ਼ਮੀਨ ਖਿਸਕ ਗਈ ਕਰਮਚਾਰੀਆਂ ਨੇ ਦੱਸਿਆ ਕਿ ਤੁਸੀਂ ਇੱਕ ਲਾਸ਼ ਦੀ ਗੱਲ ਕਰਦੇ ਹੋ ਇੱਥੇ ਤਾਂ ਟਰੱਕਾਂ ਦੇ ਟਰੱਕ ਭਰ ਭਰ ਆਉਂਦੇ ਨੇ ਹੁਣ ਇੱਕ ਲਾਸ਼ ਦੀ ਪਛਾਣ ਅਸੀਂ ਕਿਵੇਂ ਦੱਸ ਸਕਦੇ ਤਾਂ ਜਦੋਂ ਉਹਨਾਂ ਨੇ ਉੱਥੇ ਜਾ ਕੇ ਪੁੱਛਿਆ ਉਹਨਾਂ ਦਾ ਪਰਿਵਾਰ ਚੰਗੀ ਵਾਕਫੀਅਤ ਵਾਲਾ ਪਰਿਵਾਰ ਸੀ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਦੁਰਗਿਆਨਾ ਮੰਦਿਰ ਵਿੱਚ ਉਹਦਾ ਸੰਸਕਾਰ ਹੋ ਗਿਆ ਜਦੋਂ ਉਹ ਪੁੱਛਣ ਵਾਸਤੇ ਗਏ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਇੱਥੇ ਤਾਂ ਹਜ਼ਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਰੋਜ਼ ਟਰੱਕ ਭਰ ਕੇ ਆਉਂਦੀਆਂ ਇੱਥੇ ਤਾਂ ਰੋਜ਼ 8-9-10 ਕੋਈ ਗਿਣਤੀ ਨਹੀਂ ਆਉਂਦੀਆਂ
ਤੇ ਸਾਨੂੰ ਨਹੀਂ ਪਤਾ ਵੀ ਲਾਸ਼ ਕਿਹਦੀ ਹੁੰਦੀ ਹੈ ਕਿਵੇਂ ਹੁੰਦੀ ਹੈ। ਅਤੇ ਫਿਰ ਅਗਲੇ ਦਿਨ ਤੋਂ ਹੀ ਭਾਈ ਫਾਲੜਾ ਨੇ ਇਸ ਦੀ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ। ਉਹ ਮੁੜ ਦੁਰਗਿਆਨਾ ਸ਼ਮਸ਼ਾਨ ਘਾਟ ਗਏ ਜਿੱਥੋਂ ਦੇ ਰਜਿਸਟਰ ਦੀ ਉਹਨਾਂ ਨੇ ਫੋਟੋ ਕਾਪੀ ਕਰ ਲਈ ਅਤੇ ਮਿਊਂਸੀਪਲ ਕਮੇਟੀ ਜੋ ਲੱਕੜਾ ਦਿੰਦੀ ਸੀ ਲਾਸ਼ਾਂ ਦਾ ਸੰਸਕਾਰ ਕਰਨ ਲਈ ਭਾਈ ਫਾਲੜਾ ਉੱਥੇ ਵੀ ਗਏ ਜਿੱਥੋਂ ਉਹਨਾਂ ਨੇ ਵਰਤੀਆਂ ਗਈਆਂ ਸਾਰੀਆਂ ਲੱਕੜਾਂ ਦਾ ਵੇਰਵਾ ਇਕੱਠਾ ਕੀਤਾ। ਜਦੋਂ ਅਸੀਂ ਕਿਹਾ ਕਿ ਸਾਨੂੰ ਤਾਂ ਹਿਸਾਬ ਚਾਹੀਦਾ ਹੈ ਤਾਂ ਉਹਨਾਂ ਸਾਨੂੰ ਕਿਹਾ ਕਿ ਇੱਕ ਥਾਂ ਤੋਂ ਹਿਸਾਬ ਮਿਲ ਸਕਦਾ ਹੈ। ਲਾਸ਼ਾਂ ਸਾਨੂੰ ਪੁਲਿਸ ਦਿੰਦੀ ਸੀ ਤੇ ਬਾਲਣ ਸਾਨੂੰ ਮਿਊਂਸੀਪਲ ਕਮੇਟੀ ਦਿੰਦੀ ਸੀ। ਤਾਂ ਫਿਰ ਗੁਰੂ ਦੇ ਪਿਆਰਿਓ ਕੋਈ ਕੁਦਰਤੀ ਇਹ ਰਾਹ ਸਾਨੂੰ ਮਿਲ ਗਿਆ ਜਿੱਥੇ ਜਾ ਕੇ ਅਸੀਂ ਵੇਖਿਆ ਕਿ ਸਾਡੇ ਲਾਪਤਾ ਭਰਾਵਾਂ ਦਾ ਪੂਰਾ ਹਿਸਾਬ ਲਿਖਿਆ ਪਿਆ ਸੀ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਆਪਣੀ ਜਾਂਚ ਅੱਗੇ ਵਧਾਉਂਦਿਆਂ ਭਾਈ ਖਾਲੜਾ ਨੇ ਹਜੇ 3 ਸ਼ਹਿਰਾਂ ਵਿੱਚ ਹੀ ਸ਼ਮਸ਼ਾਨ ਘਾਟਾਂ ਦੇ ਦਸਤਾਵੇਜ਼ ਫਰੋਲੇ ਜਿਨ੍ਹਾਂ ਵਿੱਚ ਉਹਨਾਂ ਸਾਹਮਣੇ ਰੂਹ ਕੰਬਾਉਣ ਵਾਲੇ ਅੰਕੜੇ ਸਾਹਮਣੇ ਆਏ। 3 ਸ਼ਹਿਰਾਂ ਦੇ ਮਿਊਂਸੀਪਲ ਕਮੇਟੀ ਸ਼ਮਸ਼ਾਨ ਘਾਟਾਂ ਵਿੱਚੋਂ 6,017 ਲਾਸ਼ਾਂ ਅਜਿਹੀਆਂ ਸਨ ਜੋ ਪੁਲਿਸ ਵੱਲੋਂ ਅਣਪਛਾਤੀਆਂ ਕਹਿ ਸਾੜ ਦਿੱਤੀਆਂ ਗਈਆਂ ਅਤੇ ਇਹ ਸਾਰੀਆਂ ਦੀਆਂ ਸਾਰੀਆਂ ਸਿੱਖਾਂ ਦੀਆਂ ਸਨ। ਇਸ ਦੀ ਡੂੰਘੀ ਤਫਤੀਸ਼ ਕਰਨ ਲਈ ਭਾਈ ਖਾਲੜਾ ਨੇ ਆਪਣੇ ਨਾਲ ਜਸਪਾਲ ਸਿੰਘ ਢਿੱਲੋਂ ਨੂੰ ਸ਼ਾਮਿਲ ਕੀਤਾ ਜੋ ਕਿ ਹਿਊਮਨ ਰਾਈਟ ਐਕਟਿਵਿਸਟ ਸਨ ਅਤੇ ਇਹਨਾਂ ਚੱਕਰਾਂ ਵਿੱਚ ਕਈ ਵਾਰ ਜੇਲ੍ਹ ਵੀ ਗਏ। ਭਾਈ ਖਾਲੜਾ ਨੇ ਆਪਣੇ ਸਾਥੀਆਂ ਨਾਲ ਮਿਲ ਸਾਰੀਆਂ ਅਣਪਛਾਤੀਆਂ ਕਹਿ ਸਾੜੀਆਂ ਗਈਆਂ ਲਾਸ਼ਾਂ ਦੀ ਇੱਕ ਰਿਪੋਰਟ ਤਿਆਰ ਕੀਤੀ। ਉਹ ਸਮਝ ਚੁੱਕੇ ਸਨ ਕਿ ਹੁਣ ਉਹਨਾਂ ਦਾ ਮੁਕਾਬਲਾ ਸਿੱਧੇ ਉਸ ਸਮੇਂ ਦੇ DGP KPS ਗਿੱਲ ਨਾਲ ਸੀ ਕਿਉਂਕਿ ਇਸ ਵਿੱਚ ਕਿਸੇ ਪਲਾਨ ਤਹਿਤ ਸਿਰਫ ਸਿੱਖ ਹੀ ਮਾਰੇ ਜਾ ਰਹੇ ਸਨ। ਇਕੱਲਿਆਂ ਰਹਿ ਹਕੂਮਤ ਨਾਲ ਲੜਨਾ ਵਾਜਬ ਨਹੀਂ ਸੀ ਜਿਸ ਕਰਕੇ ਭਾਈ ਖਾਲੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਿਊਮਨ ਰਾਈਟਸ ਵਿੰਗ ਹੇਠ ਆਪਣੀ ਕਾਰਵਾਈ ਸ਼ੁਰੂ ਕੀਤੀ। 16 ਜਨਵਰੀ 1995 ਭਾਈ ਖਾਲੜਾ ਨੇ ਇੱਕ ਪ੍ਰੈਸ ਕਾਨਫਰੰਸ ਕਰ ਆਪਣੇ ਵੱਲੋਂ ਇਕੱਠੇ ਕੀਤੇ ਗਏ ਸਾਰੇ ਸਬੂਤ ਜਾਗੋ ਜਾਹਰ ਕਰ ਦਿੱਤੇ ਅਤੇ ਦੱਸਿਆ ਕਿਵੇਂ ਪੁਲਿਸ ਇੱਕ ਸਾਜਿਸ਼ ਤਹਿਤ ਬੇਕਸੂਰ ਸਿੱਖਾਂ ਨੂੰ ਅਗਵਾ ਕਰ ਉਹਨਾਂ ਦੇ ਐਨਕਾਊਂਟਰ ਕਰ ਸੀਵਿਆਂ ਵਿੱਚ ਅਣਪਛਾਤਾ ਕਹਿ ਸਾੜ ਰਹੀ ਹੈ ਅਤੇ ਇਸ ਦੇ ਮੁੱਖ ਦੋਸ਼ੀ ਭਾਈ ਖਾਲੜਾ ਨੇ DGP KPS ਗਿੱਲ, ਤਰਨ ਤਾਰਨ ਦਾ SSP ਅਜੀਤਪਾਲ ਸਿੰਘ ਸੰਧੂ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਦੱਸਿਆ ਤੇ ਕਿਹਾ ਕਿ ਇਹੀ ਸਿੱਖਾਂ ਦਾ ਘਾਣ ਕਰਨ ਤੇ ਤੋਲੇ ਹੋਏ ਹਨ। ਭਾਈ ਖਾਲੜਾ ਨੇ ਆਪਣੇ ਲੋਕਾਂ ਦੇ ਇਨਸਾਫ਼ ਦੀ ਫਰਿਆਦ ਮੰਤਰੀਆਂ, ਪੰਜਾਬ ਦੇ ਗਵਰਨਰ ਅਤੇ ਦੇਸ਼ ਦੇ ਪ੍ਰੈਜ਼ੀਡੈਂਟ ਸਭ ਅੱਗੇ ਕੀਤੀ ਪਰ ਕਿਸੇ ਨੇ ਉਹਨਾਂ ਦੀ ਬਾਂਹ ਨਹੀਂ ਫੜੀ ਅਤੇ ਹਾਈਕੋਰਟ ਵਿੱਚ ਜਾਣ ਤੇ ਅਦਾਲਤ ਵੱਲੋਂ ਭਾਈ ਖਾਲੜਾ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਕੋਈ ਹੱਕ ਨਹੀਂ ਸਰਕਾਰ ਤੋਂ ਇਹਨਾਂ ਲਾਸ਼ਾਂ ਦਾ ਹਿਸਾਬ ਮੰਗਣ ਦਾ, ਸਿਰਫ ਪੀੜਤ ਪਰਿਵਾਰ ਹੀ ਆਪਣੇ ਲਾਪਤਾ ਪਰਿਵਾਰ ਮੈਂਬਰ ਦੀ ਸਰਕਾਰ ਤੋਂ ਜਾਣਕਾਰੀ ਮੰਗ ਸਕਦਾ। ਪਹਿਲਾਂ ਉਹ ਕੋਰਟ ਵਿੱਚ ਗਏ, ਸੁਪਰੀਮ ਕੋਰਟ ਗਏ, ਹਾਈਕੋਰਟ ਗਏ, ਫਿਰ ਉਹਨਾਂ ਨੇ ਕਿਹਾ ਵੀ ਤੈਨੂੰ ਕੋਈ ਹੱਕ ਨਹੀਂ ਹੈ ਇਹਨਾਂ ਬਾਰੇ ਗੱਲਾਂ ਕਰਨ ਦਾ, ਜਿਹੜੇ ਲੋਕ ਗੁੰਮ ਹੋਏ ਆ ਉਹ ਪਰਿਵਾਰ ਆਉਣ ਜਿਨ੍ਹਾਂ ਦੇ ਬੱਚੇ ਕੋਲ। ਇਹ ਖਬਰਾਂ ਪੂਰੇ ਦੇਸ਼ ਵਿੱਚ ਅੱਗ ਵਾਂਗ ਫੈਲ ਰਹੀਆਂ ਸਨ, ਹਰ ਅਖਬਾਰ ਵਿੱਚ ਭਾਈ ਖਾਲੜਾ ਦੀ ਰਿਪੋਰਟ ਦੀ ਚਰਚਾ, ਜਿਸ ਨੂੰ ਦੇਖਦਿਆਂ KPS ਗਿੱਲ ਨੇ ਵੀ ਤਕਰੀਬਨ 2 ਦਿਨ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਭਾਈ ਖਾਲੜਾ ਦੇ ਸਾਰੇ ਇਲਜ਼ਾਮਾਂ ਨੂੰ ਗਲਤ ਦੱਸਦੇ ਹੋਏ ਇਹ ਕਿਹਾ ਕਿ ਜਿਨ੍ਹਾਂ ਦੀ ਲਿਸਟ ਖਾਲੜਾ ਚੱਕੀ ਫਿਰਦਾ ਉਹ ਤੇ ਵਿਦੇਸ਼ਾਂ ਵਿੱਚ ਦਿਹਾੜੀਆਂ ਕਰ ਪੈਸੇ ਕਮਾ ਰਹੇ ਨੇ, ਕੋਈ ਲਾਸ਼ ਨਹੀਂ ਸਾੜੀ ਪੁਲਿਸ ਨੇ, ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਖਾਲੜਾ। ਨਾਲ ਨਾਲ ਇਹ ਵੀ ਕਿਹਾ ਕਿ ਖਾਲੜਾ ISIS ਵੱਲੋਂ ਪਲਾਂਟ ਕੀਤਾ ਹੋਇਆ ਇੱਕ ਬੰਦਾ ਹੈ। ਤੇ ਫਿਰ ਜਦੋਂ ਉਹਨਾਂ ਨੇ ਇਹ ਸਾਰਾ ਰਿਕਾਰਡ ਕੱਢ ਲਿਆ ਤੇ ਫਿਰ ਉਹਨਾਂ ਨੇ ਆ ਕੇ KPS ਗਿੱਲ ਨੂੰ ਚੈਲੰਜ ਕਰਤਾ ਤੇ KPS ਗਿੱਲ ਨੇ ਕਿਹਾ ਨਹੀਂ ਇਹ ਬੰਦਾ ਝੂਠ ਮਾਰਦਾ, ਜਿਹੜੇ ਬੱਚੇ ਨਹੀਂ ਲੱਭ ਰਹੇ ਉਹ ਤੇ ਵਿਦੇਸ਼ਾਂ ਵਿੱਚ ਜਾ ਕੇ ਦਿਹਾੜੀਆਂ ਕਰ ਰਹੇ ਆ। ਭਾਈ ਖਾਲੜਾ ਨੇ ਇਸ ਤੋਂ ਬਾਅਦ ਫਿਰ ਇੱਕ ਹੋਰ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ 80 ਐਸੇ ਪਰਿਵਾਰ ਪੇਸ਼ ਕੀਤੇ ਜਿਨ੍ਹਾਂ ਦੇ ਪਰਿਵਾਰ ਮੈਂਬਰਾਂ ਨੂੰ ਅਗਵਾ ਕਰ ਮਾਰ ਕੇ ਅਣਪਛਾਤਾ ਕਹਿ ਸਾੜਿਆ ਗਿਆ ਸੀ। ਹਰ ਇੱਕ ਪਰਿਵਾਰ ਨੇ ਆਪਣੀ ਦਰਦ ਭਰੀ ਕਹਾਣੀ ਮੀਡੀਆ ਅੱਗੇ ਰੱਖੀ। ਇਸ ਕਾਨਫਰੰਸ ਮਗਰੋਂ SSP ਅਜੀਤਪਾਲ ਸਿੰਘ ਸੰਧੂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਉਸ ਦੇ ਇਸ਼ਾਰੇ ਤੇ ਹੀ ਤਰਨ ਤਾਰਨ ਵਿੱਚ ਇਹ ਸਾਰਾ ਕਤਲੇਆਮ ਹੋ ਰਿਹਾ ਸੀ। ਇਸੇ ਦੌਰਾਨ ਭਾਈ ਖਾਲੜਾ ਨੂੰ ਆਪਣੀ ਗੱਲ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਉਣ ਦਾ ਮੌਕਾ ਮਿਲਿਆ ਅਤੇ ਉਹਨਾਂ ਨੂੰ ਕੈਨੇਡਾ ਸੱਦਾ ਦਿੱਤਾ ਗਿਆ। ਉਹਨਾਂ ਨੇ ਕੈਨੇਡਾ ਦੇ ਪਾਰਲੀਮੈਂਟ ਵਿੱਚ ਸਿੱਖਾਂ ਦੇ ਹੋ ਰਹੇ ਕਤਲੇਆਮ ਦੀ ਆਵਾਜ਼ ਚੁੱਕੀ। ਨਾਲ ਨਾਲ ਭਾਈ ਖਾਲੜਾ ਨੇ ਆਸਟ੍ਰੇਲੀਆ ਅਤੇ UK ਵਰਗੇ ਕਈ ਹੋਰ ਦੇਸ਼ਾਂ ਦਾ ਵੀ ਦੌਰਾ ਕੀਤਾ। ਜਿਵੇਂ ਜਿਵੇਂ ਵਿਦੇਸ਼ਾਂ ਵਿੱਚ ਇਹ ਖਬਰ ਫੈਲਦੀ ਗਈ ਇਸ ਬਾਰੇ ਬਾਹਰਲੇ ਮੁਲਕਾਂ ਤੋਂ ਲੋਕ ਭਾਰਤ ਸਰਕਾਰ ਨੂੰ ਚਿੱਠੀਆਂ ਪਾ ਸਵਾਲ ਕਰਨ ਲੱਗੇ ਜਿਸ ਦਾ ਪੰਜਾਬ ਪੁਲਿਸ ਤੇ ਬਹੁਤ ਪ੍ਰੈਸ਼ਰ ਪਿਆ। ਪੁਲਿਸ ਨੇ ਭਾਈ ਖਾਲੜਾ ਦੀ ਆਵਾਜ਼ ਦੱਬਣ ਦੀ ਬਹੁਤ ਵਾਰ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰ ਨਾਕਾਮ ਰਹੇ ਅਤੇ ਅੰਤ ਪੁਲਿਸ ਕੋਲ ਉਹਨਾਂ ਨੂੰ ਚੁੱਪ ਕਰਾਉਣ ਦਾ ਇੱਕੋ ਇੱਕ ਤਰੀਕਾ ਬਚਿਆ ਸੀ, ਕਤਲ। ਜਿਸ ਦੌਰਾਨ ਜਾਨ ਦਾ ਖਤਰਾ ਦੱਸਦਿਆਂ ਭਾਈ ਖਾਲੜਾ ਨੂੰ ਭਾਰਤ ਨਾ ਪਰਤਣ ਲਈ ਕਿਹਾ ਗਿਆ ਪਰ ਭਾਈ ਖਾਲੜਾ ਜਿਨ੍ਹਾਂ ਰਾਹਾਂ ਤੇ ਤੁਰੇ ਸਨ ਉਹਨਾਂ ਤੇ ਤੁਰਨ ਦੀ ਕੀਮਤ ਕੀ ਹੈ ਉਹ ਬਖੂਬੀ ਜਾਣਦੇ ਸਨ। ਭਾਈ ਖਾਲੜਾ ਜੁਲਾਈ ਦੇ ਮਹੀਨੇ ਭਾਰਤ ਵਾਪਸ ਆ ਗਏ। ਇਸੇ ਦੌਰਾਨ 31 ਅਗਸਤ 1995 ਨੂੰ CM ਬੇਅੰਤ ਸਿੰਘ ਖਾੜਕੂ ਸਿੰਘਾਂ ਵੱਲੋਂ ਕਤਲ ਕਰ ਦਿੱਤਾ ਗਿਆ। ਮੀਡੀਆ ਦਾ ਧਿਆਨ CM ਦੇ ਕਤਲ ਵੱਲ ਸੀ ਅਤੇ ਇਸੇ ਦਾ ਫਾਇਦਾ ਚੱਕਦੇ ਹੋਏ ਪੰਜਾਬ ਪੁਲਿਸ ਨੇ ਆਪਣੀ ਚਾਲ ਰਚੀ। ਸਿਵਲ ਵਰਦੀ ਵਿੱਚ ਪੁਲਿਸ ਦੇ ਬੰਦੇ ਭਾਈ ਖਾਲੜਾ ਦੀ 24 ਘੰਟੇ ਰੇਕੀ ਕਰਨ ਲੱਗੇ ਅਤੇ 6 ਸਤੰਬਰ 1995 ਨੂੰ ਭਾਈ ਖਾਲੜਾ ਜਦ ਘਰ ਦੇ ਬਾਹਰ ਆਪਣੀ ਗੱਡੀ ਧੋ ਰਹੇ ਸਨ ਤਾਂ ਇੱਕ ਬਿਨਾਂ ਨੰਬਰ ਪਲੇਟ ਦੀ ਵੈਨ ਆਈ ਜਿਸ ਵਿੱਚ ਸਿਵਲ ਵਰਦੀ ਪਾਏ ਕਈ ਪੁਲਿਸ ਅਫਸਰ ਉਤਰੇ ਅਤੇ ਦਿਨ ਦਿਹਾੜੇ ਭਾਈ ਖਾਲੜਾ ਨੂੰ ਅਗਵਾ ਕਰ ਲੈ ਗਏ। ਨਹੀਂ ਨਹੀਂ ਨਹੀਂ
ਤੁਹਾਡੀ ਵੀਡੀਓ ਨਹੀਂ ਰੁਕੀ। ਮੈਂ ਇੱਕ ਜਸਟ ਰਿਕੁਐਸਟ ਕਰਨ ਆਇਆ ਕਿ ਹਾਲੇ ਤੱਕ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਉੱਪਰ ਨੀਲਾ ਫੋਲੋ ਦਾ ਬਟਨ ਜ਼ਰੂਰ ਦੱਬਣਾ ਅਤੇ ਤੁਸੀਂ ਮੈਨੂੰ ਸਪੋਰਟ ਕਰਨ ਲਈ ਸਟਾਰ ਵੀ ਭੇਜ ਸਕਦੇ ਹੋ। ਜੇ ਤੁਸੀਂ ਸਟਾਰ ਨਹੀਂ ਭੇਜ ਸਕਦੇ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਵੀ ਮੇਰੀ ਸਪੋਰਟ ਕਰ ਸਕਦੇ ਹੋ। ਹੁਣ ਆਪਾਂ ਅੱਗੇ ਵੀਡੀਓ ਕੰਟੀਨਿਊ ਕਰਦੇ ਹਾਂ। ਭਾਈ ਖਾਲੜਾ ਦੇ ਗੁਆਂਢੀ ਨੇ ਇਸ ਵਾਰਦਾਤ ਬਾਰੇ ਤੁਰੰਤ ਬੀਬੀ ਖਾਲੜਾ ਨੂੰ ਦੱਸਿਆ ਅਤੇ ਕੁਝ ਹੀ ਸਮੇਂ ਵਿੱਚ ਇਹ ਖਬਰ ਚਾਰੇ ਪਾਸੇ ਅੱਗ ਵਾਂਗ ਫੈਲ ਗਈ। ਮੈਂ ਘਰੇ ਆਈ ਹਾਂ ਤੇ ਜਿਹੜੀ ਸਾਡੀ ਪਾਣੀ ਵਾਲੀ ਪਾਈਪ ਸੀ ਉਹ ਉਵੇਂ ਹੀ ਚੱਲ ਰਹੀ ਸੀਗੀ ਅਤੇ ਪਤਾ ਲੱਗਿਆ ਆਂਡੀਆਂ ਗੁਆਂਢੀਆਂ ਤੋਂ ਸਾਰਿਆਂ ਤੋਂ ਕਿ ਸਰਦਾਰ ਜਸਵੰਤ ਸਿੰਘ ਕਾਰ ਧੋ ਰਹੇ ਸੀਗੇ ਅਤੇ ਉਹਨਾਂ ਨੂੰ ਕੁਝ ਇਸ ਤਰ੍ਹਾਂ ਦੇ ਪੁਲਿਸ ਵਾਲੇ ਆਏ ਅਤੇ ਇਸ ਤਰ੍ਹਾਂ ਉਹਨਾਂ ਨੇ ਸ਼ੋਅ ਕੀਤਾ ਕਿ ਜਿਵੇਂ ਐਡਰੈਸ ਕੋਈ ਪੁੱਛ ਰਹੇ ਆ ਤਾਂ ਜਦੋਂ ਝੁੱਕ ਕੇ ਵੇਖਣ ਲੱਗੇ ਤਾਂ ਉਹਨਾਂ ਨੇ ਆਪਣੀ ਜਿਹੜੀ ਵੈਨ ਉਹ ਕੋਈ ਲੈ ਕੇ ਆਏ ਸੀ ਬਿਨਾਂ ਨੰਬਰ ਹੀ ਅਤੇ ਉਹਦੇ ਵਿੱਚ ਪਾ ਕੇ ਉਹ ਲੈ ਗਏ। ਬੀਬੀ ਖਾਲੜਾ ਇਸ ਸਾਰੀ ਘਟਨਾ ਦਾ ਪਤਾ ਕਰਨ ਤੁਰੰਤ ਲਾਗੇ ਦੇ ਪੁਲਿਸ ਸਟੇਸ਼ਨ ਗਏ ਪਰ ਪੁਲਿਸ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਸਾਨੂੰ ਇਸ ਬਾਰੇ ਕੋਈ ਖ਼ਬਰ ਨਹੀਂ ਅਤੇ ਬੰਦਾ ਸਾਡੇ ਕੋਲ ਨਹੀਂ। ਵੀ ਮੈਂ ਘਰੇ ਆਈ ਹਾਂ 1:30 ਵਜੇ ਮੈਂ ਫਿਰ ਫੁਰ ਕੇ ਉੱਥੇ ਰਿਪੋਰਟ ਕਰਕੇ ਆਈ ਹਾਂ ਥਾਣੇ 'ਚ ਵੀ ਇਸ ਤਰ੍ਹਾਂ ਬੰਦਾ ਚੁੱਕਿਆ ਗਿਆ ਅਤੇ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਉਹ ਥਾਣੇ ਵਾਲੇ ਆਉਂਦੇ ਸਾਨੂੰ ਤਾਂ ਜੀ ਪਤਾ ਨਹੀਂ ਗਾ ਪਰ ਪਤਾ ਨਹੀਂ ਕਿੱਥੋਂ ਹੌਟ ਲਾਈਨਾਂ 'ਤੇ ਇਹ ਉਹਨਾਂ ਨੂੰ ਪਤਾ ਲੱਗਿਆ ਵੀ ਸਾਰੇ ਜ਼ਿਲ੍ਹੇ ਦੀ ਪੁਲਿਸ ਨਾ ਉਹ ਆਪਣੇ ਘਰੇ ਆ ਗਈ 1:30 ਵਜੇ ਵੀ ਮੈਂ ਤਾਂ 1 ਥਾਣੇ 'ਚੋਂ ਹੀ ਪਤਾ ਕੀਤਾ ਸੀ ਪਰ ਉਹਨਾਂ ਨੂੰ ਪਤਾ ਸੀਗਾ ਵੀ ਇਹ ਬੰਦਾ ਕਿਵੇਂ ਚੁੱਕਿਆ ਗਿਆ। ਪਰਿਵਾਰ ਵੱਲੋਂ ਸਿੱਧਾ ਸਿੱਧਾ ਇਲਜ਼ਾਮ SSP ਅਜੀਤਪਾਲ ਸਿੰਘ ਸੰਧੂ 'ਤੇ ਲਾਇਆ ਗਿਆ ਕਿਉਂਕਿ ਉਸੇ ਨੇ ਭਾਈ ਖਾਲੜਾ ਨੂੰ ਧਮਕੀ ਦਿੱਤੀ ਸੀ ਕਿ ਜੇ ਤੂੰ 25,000 ਲਾਸ਼ਾਂ ਦਾ ਹਿਸਾਬ ਮੰਗੇਗਾ ਤਾਂ ਮੈਂ ਤੈਨੂੰ 25,001 ਦਾ ਵੀ ਦੇਵਾਂਗਾ। ਸਾਨੂੰ ਪਤਾ ਲੱਗ ਗਿਆ ਹੈ ਨਾ ਅਤੇ ਅਸੀਂ ਕਿਹਾ ਵੀ ਤਰਨ ਤਾਰਨ ਦੀ ਪੁਲਿਸ ਸੀ ਕਿਉਂਕਿ ਟਸਲ ਹੀ ਉੱਥੇ ਸੀ ਸਾਰੀ ਖਾਲੜਾ ਸਾਹਿਬ ਦੀ ਕਿਉਂਕਿ ਪਟੀਸ਼ਨਾਂ ਉੱਥੋਂ ਹੋਈਆਂ ਸੀਗੀਆਂ ਅਤੇ ਥਰੈਟ ਵੀ ਉਹਨੇ ਕੀਤਾ ਸੀਗਾ ਵੀ ਜੇ ਤੂੰ 25,000 ਦਾ ਹਿਸਾਬ ਮੰਗੇਗਾ ਤਾਂ ਅਸੀਂ 25,001 ਦਾ ਵੀ ਦੇਵਾਂਗੇ। ਪਰਿਵਾਰ ਨੇ ਸੁਪਰੀਮ ਕੋਰਟ ਵਿੱਚ ਕੇਸ ਕੀਤਾ ਅਤੇ ਸੁਪਰੀਮ ਕੋਰਟ ਨੇ ਇਸ ਕੇਸ ਦੀ ਤਫਤੀਸ਼ ਕਰਨ ਲਈ ਇਹ ਕੇਸ ਪੰਜਾਬ ਪੁਲਿਸ ਨੂੰ ਹੀ ਦੇ ਦਿੱਤਾ। ਹੁਣ ਚੋਰ ਥੋੜ੍ਹੀ ਦੱਸੋ ਕਿ ਮੈਂ ਚੋਰੀ ਕੀਤੀ। 3 ਮਹੀਨੇ ਜਦ ਪੰਜਾਬ ਪੁਲਿਸ ਨੇ ਕੋਈ ਸਬੂਤ ਨਾ ਪੇਸ਼ ਕੀਤਾ ਤਾਂ ਇਹ ਕੇਸ CBI ਨੂੰ ਟ੍ਰਾਂਸਫਰ ਕਰ ਦਿੱਤਾ ਗਿਆ। 16 ਸਾਲ ਇਹ ਕੇਸ ਚੱਲਿਆ। ਜੋ ਵੀ ਭਾਈ ਖਾਲੜਾ ਦੇ ਹੱਕ ਵਿੱਚ ਅਗਵਾਈ ਦਿੰਦਾ ਉਹਨਾਂ ਤੇ ਪੁਲਿਸ ਵੱਲੋਂ ਝੂਠੇ ਪਰਚੇ ਪਾ ਉਹਨਾਂ ਨੂੰ ਤੰਗ ਕੀਤਾ ਜਾਂਦਾ ਅਤੇ ਕਈ ਵਾਰ ਤਾਂ ਗਵਾਹਾਂ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਆਖਿਰ ਦੋਸ਼ੀਆਂ ਨੂੰ ਸਜ਼ਾ ਉਦੋਂ ਮਿਲੀ ਜਦੋਂ SSP ਅਜੀਤ ਸਿੰਘ ਦਾ ਆਪਣਾ ਹੀ ਸਾਥੀ SPO ਕੁਲਦੀਪ ਸਿੰਘ ਉਸ ਦੇ ਖਿਲਾਫ਼ ਭੁਗਤ ਪਿਆ। ਉਸਨੇ ਸਾਰੀ ਕਹਾਣੀ ਅਦਾਲਤ ਵਿੱਚ ਦੱਸੀ ਕਿ ਕਿਵੇਂ ਭਾਈ ਖਾਲੜਾ ਨੂੰ ਅਗਵਾ ਕੀਤਾ ਗਿਆ ਅਤੇ ਪੂਰੇ 48 ਦਿਨ ਉਹਨਾਂ ਤੇ ਤਸ਼ੱਦਦ ਕੀਤਾ ਗਿਆ। ਪੁਲਿਸ ਨੇ ਉਹਨਾਂ ਦੀ ਹਾਲਤ ਤੁਰਨਯੋਗ ਨਹੀਂ ਛੱਡੀ ਸੀ ਜਿਸ ਦੀ ਅਗਵਾਈ ਕਿੱਕਰ ਸਿੰਘ ਨੇ ਵੀ ਦਿੱਤੀ ਜਿਸ ਦਾ ਮੇਲ ਭਾਈ ਖਾਲੜਾ ਨਾਲ 23 ਅਕਤੂਬਰ ਨੂੰ ਕੰਗ ਥਾਣੇ ਵਿੱਚ ਹੋਇਆ ਸੀ। ਉਸਨੇ ਬਿਆਨ ਦਿੰਦੇ ਦੱਸਿਆ ਸੀ ਕਿ ਭਾਈ ਖਾਲੜਾ ਤੇ ਬਹੁਤ ਤਸ਼ੱਦਦ ਕੀਤਾ ਗਿਆ, ਉਹਨਾਂ ਤੋਂ ਰੋਟੀ ਵੀ ਨਹੀਂ ਖਾਈ ਜਾ ਰਹੀ ਸੀ, ਮੈਂ ਖੁਦ ਆਪਣੇ ਹੱਥਾਂ ਨਾਲ ਉਹਨਾਂ ਨੂੰ ਰੋਟੀ ਖਵਾਈ। ਮਾਰਨ ਤੋਂ ਪਹਿਲਾਂ ਭਾਈ ਖਾਲੜਾ ਨੂੰ SSP ਅਜੀਤ ਦੇ ਘਰ ਲਿਜਾ KPS ਗਿੱਲ ਅਤੇ SHO ਸਤਨਾਮ ਵੱਲੋਂ ਬਹੁਤ ਤਸ਼ੱਦਦ ਕੀਤਾ ਗਿਆ ਅਤੇ 28 ਅਕਤੂਬਰ 1995 ਨੂੰ ਛਪਾਲ ਥਾਣੇ ਭਾਈ ਖਾਲੜਾ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਸਰ ਖਾਲੜਾ ਕਿੱਥੇ ਹੈ? ਸਰ ਉਹ ਅੰਦਰ ਹੈ ਜੀ। ਤੁਸੀਂ ਉਹਨੂੰ ਮਾਰਿਆ ਨਹੀਂ ਅਜੇ ਤੱਕ? ਸਰ ਕੁਝ ਟਾਈਮ ਦਿਓ, ਆਫਟਰ ਆਲ ਹਿਜ਼ ਅ ਨੋਨ ਪਰਸਨ। ਮੈਨੂੰ ਕੁਝ ਨਹੀਂ ਪਤਾ, ਜਿੰਨੀ ਦੇਰ ਉਹਨੂੰ ਮਾਰਦੇ ਨਹੀਂ ਮੈਂ ਇੱਥੋਂ ਨਹੀਂ ਜਾਣਾ। ਫਿਰ ਪੁਲਿਸ ਵੱਲੋਂ ਸਬੂਤ ਮਟਾਉਣ ਲਈ ਰਾਤ 10 ਵਜੇ ਦੇ ਕਰੀਬ ਭਾਈ ਖਾਲੜਾ ਦੀ ਲਾਸ਼ ਨੂੰ ਹਰੀ ਕੇ ਪੱਤਣ ਰੋਡ ਦਿੱਤਾ ਗਿਆ ਅਤੇ ਫਿਰ SSP ਅਜੀਤਪਾਲ ਨੇ ਖੁਸ਼ੀ ਵਿੱਚ ਪਾਰਟੀ ਵੀ ਕੀਤੀ। ਪਰ ਇਸ ਬਿਆਨ ਤੋਂ ਬਾਅਦ ਵੀ ਸਜ਼ਾ ਤਾਂ ਬਸ ਉਹਨਾਂ ਨੂੰ ਹੋਈ ਜੋ ਇਸ ਖੇਲ ਦੇ ਪਿਆਦੇ ਸਨ, ਅਸਲੀ ਦੋਸ਼ੀਆਂ ਦਾ ਤੇ ਵਾਲ ਵੀ ਵਿੰਗਾ ਨਹੀਂ ਹੋਇਆ। ਜਿਸ ਤੋਂ ਬਾਅਦ ਬੀਬੀ ਖਾਲੜਾ ਸਮਝ ਚੁੱਕੇ ਸਨ ਕਿ ਜੇ ਸਿਸਟਮ ਸੁਧਾਰਨਾ ਉਹਨਾਂ ਨੂੰ ਰਾਜਨੀਤੀ ਵਿੱਚ ਆਉਣਾ ਪਵੇਗਾ। ਜਿਸ ਤੋਂ ਬਾਅਦ ਬੀਬੀ ਖਾਲੜਾ ਨੇ 2019 ਵਿੱਚ ਖਦੂਰ ਸਾਹਿਬ ਤੋਂ ਚੋਣ ਲੜਨ ਦਾ ਫੈਸਲਾ ਲਿਆ। ਆਪਣੇ ਲੋਕਾਂ ਤੋਂ ਇਹ ਉਮੀਦ ਰੱਖਦਿਆਂ ਕਿ ਜਿਵੇਂ ਉਹ ਹੁਣ ਤੱਕ ਲੋਕਾਂ ਨਾਲ ਖੜਦੇ ਆ ਰਹੇ, ਲੋਕ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਖੜਨਗੇ ਤੇ ਇਹ ਕਰਪਟ ਸਿਸਟਮ ਜਿੱਥੇ ਸਿੱਖਾਂ ਲਈ ਕਾਨੂੰਨ ਹੋਰ ਹੈ ਅਤੇ ਦੂਜੇ ਧਰਮਾਂ ਲਈ ਹੋਰ, ਬਦਲਣ ਵਿੱਚ ਉਹਨਾਂ ਦੀ ਮਦਦ ਕਰਨਗੇ। ਪਰ ਲੋਕ ਸੱਚ ਨਾਲ ਘੱਟ ਹੀ ਖੜਦੇ। ਬੀਬੀ ਖਾਲੜਾ ਦੀ ਉਸ ਇਲੈਕਸ਼ਨ ਵਿੱਚ ਹਾਰ ਹੋਈ ਕਿਉਂਕਿ ਉਹ ਸੱਚੇ ਸੀ ਅਤੇ ਆਪਣੇ ਲੋਕਾਂ ਨਾਲ ਖੜਨ ਵਾਲੇ ਸੀ। ਝੋਟਾ ਕਿਲੋ ਕਹਿ ਰਹੇ ਹੋ? ਇਹ ਲਿਖਿਆ ਹੋਇਆ, ਅੱਛਾ, ਇਹ ਗਾਣਿਆਂ ਦੇ ਹਿਸਾਬ ਨਾਲ ਨਚਾ ਰਹੇ ਬਈ, ਨਚਾ ਰਹੇ ਦਾ ਕੰਮ ਆਪਣਾ ਐਂਟਰਟੇਨਮੈਂਟ ਕਰਨਾ, ਇਹਨੂੰ ਸਰਕਾਰ ਨਹੀਂ ਸਮਝੀ ਜਾ ਸਕਦੀ। ਬੱਬੂ ਮਾਣਾ ਕਦੋਂ ਦਾ ਮੁੱਦੇ ਚੱਕਦਾ ਕਿਸਾਨਾਂ ਦੇ? ਕਦੋਂ ਦਾ ਚੱਕਦਾ? ਉਦੋਂ ਤੱਕ ਕਿਸਾਨੀ ਅੰਦੋਲਨ ਵੀ ਨਹੀਂ ਸ਼ੁਰੂ ਹੋਇਆ। ਪਰ ਜਿਹੜਾ ਹੁਣ ਵੀ ਆ ਜਿਹੜਾ ਥਾਪੀਆਂ ਮਾਰਨੀਆਂ ਸਟੇਜਾਂ ਤੇ, ਹੁਣ ਕਹਿੰਦੇ ਵੀ ਸਰਕਾਰਾਂ ਦਲਾਵਾਂਗੇ ਅਸੀਂ, ਉਹ ਗੱਲਾਂ ਗਲਤ ਨੇ। ਸਿੱਧੂ ਨਾਲ ਵੀ ਏਦਾਂ ਹੀ ਹੋਇਆ।
अपना सिंगिंग कैरियर दाते ला वो अपने लोगों लिए खड़िया। लोगों ने सिद्धू की चोली हार तो पाई ही नाल नाल उसनू गद्दार का सर्टिफिकेट भी दिता। तो सब तो ज्यादा नजारा जरा मेनू आया सिद्धू मूसे वाले हरे तो आया भी जरा सिद्धू मूसे वाला हरा थापी मार दी पट्टा दे हूं थापी मार के दिखावे पहली गल तो हूं खाड़ ही नहीं लगना है। खुद लोगों ने मदाना बिच रड़े क्यों नहीं होए जेड़े हासे मेरे ते आप खड़े क्यों नहीं होए। इसे करके सिद्धू ने यह स्केपगोट गाना रिलीज़ किया। स्केपगोट का मतलब होंदा है बली का बकरा। हुण इत्थे सब तो वड्डा सवाल तो यह खड़ा होंदा है कि बीबी खालड़ा ते सिद्धू दे वोटां विच हारन नाल उन्हां दा नुकसान होया जां साडे लोकां दा। इस बारे तुसीं की सोचदे हो अपने विचार मैनू कमेंट बॉक्स विच जरूर देना। वीडियो वधिया लगी तां इसनू लाइक अते अपने दोस्तां नाल शेयर जरूर करना। इस नाल मैनू इदां दीआं होर वीडियोज़ बनाउण विच हौसला मिलेगा। मैनू सपोर्ट करन लई अते इदां दीआं होर वीडियोज़ देखण लई उपर नीला फॉलो का बटन दब के जस्ट मल्हार चैनल नू जरूर फॉलो करना। धन्यवाद।